ਕੌਣ ਕਹਿੰਦਾ ਜੀ ਬਾਬਾ ਜਰਨੈਲ ਸਿੰਘ ਫੜਕੂ ਹੈ? ਇਹ ਗੱਲ ਚੱਲਦੀ, ਕਹਿੰਦੇ ਵੀ ਬੱਸਾਂ ਚੋਂ ਤਾਰ ਤਾਰ ਹਿੰਦੂ ਮਾਰੇ, ਕਿਹਨੇ ਮਾਰੇ? ਸੁਣਿਓ ਧਿਆਨ ਨਾਲ, 30 ਜੂਨ 1983 ਤਰੀਕ ਯਾਦ ਰੱਖਿਓ, 30 ਜੂਨ 1983 ਨੂੰ ਭਾਰਤ ਦੇ ਵਿੱਚ ਬਣੀਆਂ ਹੋਈਆਂ ਵੱਖ ਵੱਖ ਪਾਰਟੀਆਂ ਵਿੱਚੋਂ 16 ਪਾਰਟੀਆਂ ਨੇ, ਭਾਜਪਾ ਛੱਡ ਕੇ 16 ਪਾਰਟੀਆਂ ਨੇ ਮੀਟਿੰਗ ਕੀਤੀ ਪੰਜਾਬ ਦੇ ਵਿੱਚ ਬਣੀਆਂ ਵੱਖ ਵੱਖ ਦੇ ਸੋਰੀ ਭਾਰਤ ਵਿੱਚ ਬਣੀਆਂ ਵੱਖ ਵੱਖ ਪਾਰਟੀਆਂ ਨੇ 30 ਜੂਨ 1983 ਨੂੰ ਮੀਟਿੰਗ ਕੀਤੀ, ਇੰਦਰਾ ਨੂੰ ਕਿਹਾ ਮੀਟਿੰਗ ਕਰਕੇ, ਵਿਰੋਧੀ ਦਲਾਂ ਦੀਆਂ ਪਾਰਟੀਆਂ ਨੇ ਮੀਟਿੰਗ ਕਰਕੇ ਇੰਦਰਾ ਨੂੰ ਕਿਹਾ, ਇੰਦਰਾ ਪੰਜਾਬ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਧਰਮ ਯੁੱਧ ਮੋਰਚਾ ਜਿਹੜਾ 82 ਵਿੱਚ ਚੱਲ ਪਿਆ ਸੀ, ਵੀ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੀਆਂ ਮੰਗਾਂ ਮੰਗਦੇ ਨੇ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਸਹੀ ਨੇ, ਪੰਜਾਬ ਦੇ ਲੋਕ ਆਪਣਾ ਹੱਕ ਮੰਗਦੇ ਹੈ, ਤੂੰ ਉਹਨਾਂ ਨੂੰ ਉਹਨਾਂ ਦਾ ਹੱਕ ਦੇ ਦੇ। ਇਹ ਫੈਸਲਾ ਕੀਤਾ 16 ਪਾਰਟੀਆਂ ਨੇ 30 ਜੂਨ 1983 ਨੂੰ। ਫਿਰ ਇਸੇ ਆਪਦੇ ਪਾਸ ਕੀਤੇ ਏਜੰਡੇ ਤੇ ਇਹਨਾਂ 16 ਪਾਰਟੀਆਂ ਨੇ ਪ੍ਰੈਸ਼ਰ ਬਣਾਉਣਾ ਸ਼ੁਰੂ ਕਰਤਾ, ਦੁਨੀਆਂ ਦੇ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ ਵੀ ਇੰਦਰਾ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ, ਪੰਜਾਬ ਦੇ ਲੋਕ ਨਹੀਂ ਗਲਤ, ਇੰਦਰਾ ਗਲਤ ਹੈ। ਇਹ ਭਾਰਤ ਦੀਆਂ 16 ਪਾਰਟੀਆਂ ਨੇ ਆਪਦਾ ਇਹ ਪ੍ਰੋਗਰਾਮ ਬਣਾ ਕੇ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ। ਇੰਦਰਾ ਨੇ ਸੋਚਿਆ ਵੀ ਇਹ 16 ਪਾਰਟੀਆਂ ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਦੁਨੀਆਂ ਦੇ ਲੋਕਾਂ ਨੂੰ ਦੱਸਣਗੀਆਂ ਅਤੇ ਦੁਨੀਆਂ ਦੇ ਲੋਕਾਂ 'ਚੋਂ ਮੇਰਾ ਵਿਸ਼ਵਾਸ ਉੱਡ ਜਾਏਗਾ ਅਤੇ ਸਿੱਖਾਂ ਨੂੰ ਇਹਨਾਂ ਦੇ ਹੱਕ ਦੇਣੇ ਪੈਣਗੇ, ਪੰਜਾਬ ਦੇ ਲੋਕਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ। ਫਿਰ ਇਹਨਾਂ 16 ਪਾਰਟੀਆਂ ਦੇ ਪੈਰਾਂ ਥੱਲਿਓਂ ਜ਼ਮੀਨ ਖਿੱਚਣ ਦੇ ਲਈ, ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਇੰਦਰਾ ਨੇ 6 ਅਕਤੂਬਰ, ਸੁਣਿਓ ਧਿਆਨ ਨਾਲ, 6 ਅਕਤੂਬਰ 1983 ਨੂੰ 6 ਹਿੰਦੂ ਭਰਾ ਬੱਸਾਂ 'ਚੋਂ ਕੱਢ ਕੇ ਮਰਵਾਏ। ਕਿਹਨੇ? ਇੰਦਰਾ ਨੇ। ਤਰੀਕ 6 ਅਕਤੂਬਰ 1983 ਨੂੰ ਢਿੱਲਵਾਂ ਪਿੰਡ 'ਚ ਇੰਦਰਾ ਨੇ ਮਰਾਏ। ਕੌਣ ਕਹਿੰਦੇ? 11 ਨਵੰਬਰ, 6 ਅਕਤੂਬਰ ਨੂੰ ਘਟਨਾ ਵਾਪਰੀ ਹੈ, 11 ਨਵੰਬਰ 1983 ਦਾ ਟ੍ਰਿਬਿਊਨ ਅਖਬਾਰ ਡਾਕਟਰ ਲਾਲਵਾਨੀ ਨੇ ਲਿਖਿਆ, ਕਹਿਣ ਲੱਗਿਆ ਜਿਹੜੇ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਉਹ ਸਿੱਖਾਂ ਨੇ ਨਹੀਂ ਮਾਰੇ, ਉਹ ਸਰਕਾਰੀ ਏਜੰਟਾਂ ਦਾ ਕੰਮ ਹੈ। ਅਖਬਾਰ ਦਾ ਟ੍ਰਿਬਿਊਨ, ਰਾਈਟਰ ਡਾਕਟਰ ਲਾਲਵਾਨੀ, 11 ਨਵੰਬਰ 1983 ਦਾ। 1985 ਵਿੱਚ ਸੂਰੀਆ ਮੈਗਜ਼ੀਨ ਛਪਿਆ, ਸੂਰੀਆ ਮੈਗਜ਼ੀਨ ਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ ਬੱਸਾਂ 'ਚੋਂ ਕੱਢ ਕੇ ਪੰਜਾਬ ਦੇ ਵਿੱਚ ਹਿੰਦੂ ਮਾਰੇ ਗਏ ਸੀ, ਇਹ ਹਿੰਦੂ ਇੰਦਰਾ ਨੇ ਮਰਵਾਏ ਸੀ ਆਪਦੇ ਇਸ਼ਾਰੇ, ਆਪ ਹੁਕਮ ਕਰਕੇ, ਤਾਂ ਜੋ ਇੱਥੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਸਕੇ ਵੀ ਬਾਬਾ ਜਰਨੈਲ ਸਿੰਘ ਵਰਗੇ ਤਾਂ ਬਹੁਤ ਖਤਰਨਾਕ ਖਾੜਕੂ ਹੈ, ਹਿੰਦੂਆਂ ਨੂੰ ਮਾਰ ਰਹੇ ਆ, ਤਾਂ ਜੋ ਮੇਰੀਆਂ ਵੋਟਾਂ ਪੱਕੀਆਂ ਹੋ ਜਾਣ। ਕਿਉਂਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਵੋਟਾਂ ਦੇ ਕਰਕੇ ਇਹ 4 ਬੰਦਿਆਂ ਨੂੰ ਮਾਰ ਵੀ ਸਕਦੇ ਹੁੰਦੇ ਆ ਅਤੇ 4 ਨੂੰ ਬਚਾ ਵੀ ਸਕਦੇ ਹੁੰਦੇ ਆ, ਸਿਰਫ ਇਹਨਾਂ ਨੂੰ ਕੁਰਸੀ ਦਿਸਦੀ ਹੁੰਦੀ ਹੈ। ਜੇ 4 ਬੰਦਿਆਂ ਨੂੰ ਮਾਰ ਕੇ ਵੋਟਾਂ ਪੱਕੀਆਂ ਹੁੰਦੀਆਂ, ਵੋਟਾਂ ਪੱਕੀਆਂ ਵੀ ਕਰ ਲੈਂਦੇ ਆ। ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ, ਇਹ ਤਾਂ ਸਕੇ ਭਰਾਵਾਂ ਨੂੰ, ਸਕੇ ਪੁੱਤਾਂ ਨੂੰ ਮਾਰ ਦਿੰਦੇ ਆ। ਇਹ ਸਿਸਟਮ ਇੱਦਾਂ ਦੀ ਹੈ, ਰਾਜਨੀਤਿਕ ਲੀਡਰ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ, ਇਹਨੂੰ ਸਿਰਫ ਕੁਰਸੀ ਪਿਆਰੀ ਹੁੰਦੀ ਹੈ, ਨਾ ਇਹਨੂੰ ਮਾਂ ਪਿਆਰੀ ਹੁੰਦੀ ਹੈ, ਨਾ ਭਰਾ ਪਿਆਰਾ ਹੁੰਦਾ, ਸਿਸਟਮ ਵਿਗਾੜਤਾ। ਇਹ ਕਿਹਨੇ ਮਾਰੇ? ਸੁਣਿਓ ਧਿਆਨ ਨਾਲ, ਜਿਹੜੇ ਕਹਿੰਦੇ ਬਾਬਾ ਜਰਨੈਲ ਸਿੰਘ ਨੇ, ਇਹ ਰਿਪੋਰਟ ਸਰਕਾਰੀ ਰਿਪੋਰਟਾਂ ਬੋਲਦੀਆਂ, ਇਹ ਇੰਦਰਾ ਨੇ ਮਾਰੇ ਆ ਸਾਰੇ ਇਹ ਬੱਸਾਂ 'ਚੋਂ ਕੱਢ ਕੇ। ਕਿਉਂ? ਕਿਉਂਕਿ ਗੱਲ ਫਲਾਉਣੀ, ਕਿਉਂਕਿ ਮੀਡੀਆ ਬਾਅਦ 'ਚ ਇਹਨਾਂ ਦਾ, ਤੁਹਾਨੂੰ ਪਤਾ ਇਹਨਾਂ ਨੇ ਜਿਹੜੇ ਗਾਹਾਂ ਇਹਨਾਂ ਦੇ ਚਮਚੇ ਸੀ, ਉਹਨਾਂ ਨੇ ਗਾਹਾਂ ਦੀ ਗਾਹਾਂ ਗੱਲ ਫਲਾਤੀਆਂ, ਕਰਤਾ ਅਟੈਕ ਕਰੋ, ਤੁਹਾਨੂੰ ਪਤਾ ਫਿਰ ਵਾਜਪੇਈ ਹੋਣਾ ਨੇ ਅਤੇ ਅਡਵਾਨੀ ਹੋਣਾ ਨੇ ਬਿਆਨ ਦਿੱਤੇ ਸੀਗੇ ਵੀ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕਰੋ।